ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ। ਕੈਨੇਡਾ ਨੇ PNP ਬਿਨੇਕਾਰਾਂ ਲਈ ਭਾਸ਼ਾ ਟੈਸਟ ਦੀ ਸ਼ਰਤ ਹਟਾਈ। ਹੁਣ ਕਾਗਜ਼ਾਂ ਦੇ ਨਾਲ ਭਾਸ਼ਾ ਟੈਸਟ ਦੇ ਨਤੀਜੇ ਜੋੜਨੇ ਲਾਜ਼ਮੀ ਨਹੀਂ। ਇਸ ਬਦਲਾਅ ਦਾ ਐਕਸਪ੍ਰੈਸ ਐਂਟਰੀ ਸਿਸਟਮ ਤੇ ਕੋਈ ਅਸਰ ਨਹੀਂ। ਕੈਨੇਡਾ ਜਾਣ ਦੇ ਚਾਹਵਾਨ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ। ਦਰਅਸਲ ਕੈਨੇਡਾ ਨੇ PNP ਬਿਨੇਕਾਰਾਂ ਲਈ ਭਾਸ਼ਾ ਟੈਸਟ ਦੀ ਸ਼ਰਤ ਹਟਾ ਦਿੱਤੀ ਹੈ। ਇਸ ਬਦਲਾਅ ਦਾ ਐਕਸਪ੍ਰੈਸ ਐਂਟਰੀ ਸਿਸਟਮ ਤੇ ਕੋਈ ਅਸਰ ਨਹੀਂ ਪਵੇਗਾ। ਭਾਸ਼ਾ ਟੈਸਟ ਦੇ ਲਈ ਬਕਾਇਦਾ ਤੌਰ ਤੇ ਮਾਨਤਾ ਪ੍ਰਾਪਤ ਸੰਸਥਾਵਾਂ ਨੇ ਤੇ ਨਵੀਂ ਨੀਤੀ ਹੁਨਰਮੰਦ ਵਿਅਕਤੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਲਾਹੇਵੰਦ ਹੋਵੇਗੀ। ਹੁਣ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਭਾਸ਼ਾ ਟੈਸਟ ਜਿਹੜਾ ਉਹ ਨਹੀਂ ਦੇਣਾ ਪੈਣਾ ਤੇ ਕੈਨੇਡਾ ਨੇ ਕੁਝ ਸ਼੍ਰੇਣੀਆਂ ਲਈ ਭਾਸ਼ਾ ਟੈਸਟਿੰਗ ਲੋੜਾਂ ਨੂੰ ਹਟਾਉਣ ਦਾ ਐਲਾਨ ਕੀਤਾ। ਇਹ PNP ਬਿਨੇਕਾਰਾਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਉਂਦਾ ਹੈ ਤੇ ਇਹਨਾਂ ਐਪਲੀਕੇਸ਼ਨਾਂ ਲਈ ਭਾਸ਼ਾ ਦੇ ਟੈਸਟ ਹੁਣ ਲਾਜ਼ਮੀ ਨਹੀਂ ਹਨ। ਇਹ ਕੈਨੇਡਾ ਦੇ ਚਾਹਵਾਨ ਪ੍ਰਵਾਸੀਆਂ ਲਈ ਰੁਕਾਵਟਾਂ ਨੂੰ ਦੂਰ ਕਰੇਗਾ ਤੇ ਉਮੀਦਵਾਰਾਂ ਲਈ ਅਰਜ਼ੀ ਪ੍ਰਕਿਰਿਆ ਜਿਹੜੀ ਹੈ ਉਹ ਹੋਰ ਸਰਲ ਹੋ ਜਾਵੇਗੀ। ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲਿਆਂ ਲਈ ਇਹ ਵੱਡੀ ਖੁਸ਼ਖਬਰੀ ਹੈ। PNP ਅਧੀਨ ਬਿਨੇਕਾਰਾਂ ਤੋਂ ਭਾਸ਼ਾ ਦੇ ਟੈਸਟ ਦੀ ਵੱਡੀ ਸ਼ਰਤ ਜਿਹੜੀ ਹੈ ਉਹ ਹਟਾ ਦਿੱਤੀ ਗਈ ਹੈ। ਹੁਣ ਕਾਗਜ਼ਾਂ ਦੇ ਨਾਲ ਭਾਸ਼ਾ ਟੈਸਟ ਦੇ ਨਤੀਜੇ ਜੋੜਨੇ ਲਾਜ਼ਮੀ ਨਹੀਂ ਹਨ। ਕੈਨੇਡਾ ਐਕਸਪ੍ਰੈਸ ਐਂਟਰੀ ਤੋਂ ਬਾਹਰ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਜਿਹਨੂੰ PNP ਕਹਿੰਦੇ ਨੇ ਬਿਨੇਕਾਰਾਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਉਂਦਾ ਹੈ। ਇਹਨਾਂ ਐਪਲੀਕੇਸ਼ਨ ਲਈ ਭਾਸ਼ਾ ਦੇ ਟੈਸਟ ਹੁਣ ਲਾਜ਼ਮੀ ਨਹੀਂ ਹੈ। ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਦੇ ਨਾਲ ਇੱਕ ਮਹੱਤਵਪੂਰਨ ਕਦਮ ਦੇ ਵਿੱਚ ਕੈਨੇਡਾ ਨੇ ਪ੍ਰੋਵਿੰਸ਼ੀਅਲ ਅਧੀਨ ਬਿਨੇਕਾਰਾਂ ਦੀਆਂ ਕੁਝ ਸ਼੍ਰੇਣੀਆਂ ਲਈ ਭਾਸ਼ਾ ਟੈਸਟਿੰਗ ਲੋੜਾਂ ਨੂੰ ਹਟਾਉਣ ਦਾ ਐਲਾਨ ਕੀਤਾ। ਇਸ ਫੈਸਲੇ ਨਾਲ ਉਮੀਦ ਕੀਤੀ ਜਾਂਦੀ ਹੈ ਕਿ ਉਹ ਚਾਹਵਾਨ ਪ੍ਰਵਾਸੀਆਂ ਲਈ ਰੁਕਾਵਟਾਂ ਨੂੰ ਦੂਰ ਕਰੇਗਾ ਤੇ ਕੈਨੇਡੀਅਨ ਸਮਾਜ ਦੇ ਵਿੱਚ ਸੁਚਾਰੂ ਪਰਿਵਰਤਨ ਦੀ ਸਹੂਲਤ ਦੇਵੇਗਾ। ਇੱਥੇ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਐਕਸਪ੍ਰੈਸ ਐਂਟਰੀ ਸਟ੍ਰੀਮ ਦੇ ਤਹਿਤ ਨਾਮਜ਼ਦ PNP ਬਿਨੇਕਾਰਾਂ ਨੂੰ ਅਜੇ ਵੀ ਭਾਸ਼ਾ ਦੀ ਜਾਂਚ ਤੋਂ ਗੁਜ਼ਰਨਾ ਚਾਹੀਦਾ। ਉਹਨਾਂ ਦੇ ਵੈਧ ਟੈਸਟ ਸਕੋਰ ਉਹਨਾਂ ਦੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਵਿੱਚ ਪ੍ਰਤੀਬਿੰਬਿਤ ਹੋਣ ਦੀ ਲੋੜ ਹੈ। ਹਾਲਾਂਕਿ ਇਹਨਾਂ ਬਿਨੇਕਾਰਾਂ ਲਈ ਉਹਨਾਂ ਦੀ ਅਰਜ਼ੀ ਦੀ ਇੱਕ ਵੱਖਰੀ ਕਾਪੀ ਨੂੰ ਅਪਲੋਡ ਕਰਨ ਦੀ ਲੋੜ ਨੂੰ ਖਤਮ ਕਰਦੇ ਹੋਏ ਟੈਸਟ ਦੇ ਨਤੀਜਿਆਂ ਦੀ ਜਾਂਚ ਸੰਸਥਾ ਨਾਲ ਇਲੈਕਟ੍ਰੋਨਿਕ ਤੌਰ 'ਤੇ ਪੁਸ਼ਟੀ ਕੀਤੀ ਜਾਂਦੀ ਹੈ। ਭਾਸ਼ਾ ਦੀ ਮੁਹਾਰਤ ਦੇ ਮੁਲਾਂਕਣਾਂ ਦੀ ਵੈਧਤਾ ਨੂੰ ਯਕੀਨੀ ਬਣਾਉਣ ਦੇ ਲਈ ਬਿਨੇਕਾਰਾਂ ਦੇ ਟੈਸਟ ਦੇ ਨਤੀਜੇ ਪ੍ਰਵਾਨਿਤ ਟੈਸਟਿੰਗ ਏਜੰਸੀਆਂ ਤੋਂ ਹੋਣੇ ਚਾਹੀਦੇ ਹਨ। ਇਹਨਾਂ ਵਿੱਚ ਸ਼ਾਮਲ ਹਨ ਅੰਤਰਰਾਸ਼ਟਰੀ ਅੰਗਰੇਜ਼ੀ ਭਾਸ਼ਾ ਟੈਸਟਿੰਗ ਜਿਸ ਨੂੰ ਆਇਲਸ ਕਹਿੰਦੇ ਨੇ। ਸੋ ਇਹ ਨੀਤੀ ਸੰਸ਼ੋਧਨ ਹੁਨਰਮੰਦ ਵਿਅਕਤੀਆਂ ਨੂੰ ਆਕਰਸ਼ਿਤ ਕਰਨ ਅਤੇ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕੈਨੇਡਾ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਦਾ ਹੈ। ਬੇਲੋੜੀਆਂ ਨੌਕਰਸ਼ਾਹੀ ਰੁਕਾਵਟਾਂ ਨੂੰ ਖਤਮ ਕਰਕੇ ਦੇਸ਼ ਦਾ ਉਦੇਸ਼ ਦੁਨੀਆ ਭਰ ਦੀਆਂ ਪ੍ਰਤਿਭਾਵਾਂ ਲਈ ਇੱਕ ਮੰਜ਼ਿਲ ਵਜੋਂ ਆਪਣੀ ਅਪੀਲ ਨੂੰ ਵਧਾਉਣਾ। ਕੁੱਲ ਮਿਲਾ ਕੇ ਇਹ ਅਪਡੇਟ PNP ਗੈਰ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਲਈ ਅਰਜ਼ੀ ਪ੍ਰਕਿਰਿਆ ਨੂੰ ਸਰਲ ਬਣਾਉਂਦਾ ਅਤੇ ਸੰਭਾਵੀ ਤੌਰ 'ਤੇ ਪ੍ਰਕਿਰਿਆ ਦੇ ਸਮੇਂ ਨੂੰ ਤੇਜ਼ ਕਰਦਾ ਅਤੇ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਵਧੇਰੇ ਪਹੁੰਚਯੋਗ ਬਣਾਉਂਦਾ। ਤਾਂ ਹੁਣ ਇਹ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।